केंद्र सरकार वालों सरामां ते लगाए GST तों बाद लगातार ही हुण केंद्र सरकार नूं विरोध दा सामना करना पै रिहा है। अमृतसर साहिब दे विच आम आदमी पार्टी दी लीडरशिप वालों अमृतसर दे भंडारी पुल ते इकट्ठे हो के केंद्र सरकार दे खिलाफ रोस प्रदर्शन कीता गया। इस दौरान आम आदमी पार्टी दे आगूआं अते प्रदर्शनकारियों ने कहा कि केंद्र सरकार लगातार ही पंजाब विरोधी बनदी दिखाई दे रही है अते केंद्र वालों लगातार जो सरामां दे उपर GST लगाया गया है यह बहुत ही मंदभागा है। यह GST टैक्स ਆਮਾਂ ਦੇ ਉੱਪਰ ਨਹੀਂ ਬਲਕਿ ਸਿੱਖ ਸੰਗਤਾਂ ਦੇ ਉੱਪਰ ਲਗਾਇਆ ਗਿਆ ਹੈ। ਆਓ ਸੁਣਾ ਦਿੰਦੇ ਹਾਂ ਕੀ ਕੁਝ ਕਹਿਣਾ ਹੈ ਆਪ ਆਗੂਆਂ ਦਾ। ਅੱਜ ਅਸੀਂ ਮੋਦੀ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹੈਗੇ ਆ। ਜਿਹੜਾ ਇਹਨਾਂ ਨੇ ਗੁਰੂ ਘਰਾਂ ਦੇ ਉੱਤੇ ਜਿਹੜੇ ਗੁਰੂ ਘਰ ਦੇ ਨਜ਼ਦੀਕ ਸਰਾਵਾਂ ਸੀ ਜਿੱਥੇ ਸ਼ਰਧਾਲੂ ਆ ਕੇ ਬਾਹਰ ਦੇ ਮੁਲਕਾਂ ਤੋਂ ਦੂਸਰੇ ਸੂਬਿਆਂ ਤੋਂ ਆ ਕੇ ਰੁਕਦੇ ਸੀ ਹੱਦ ਕਰ ਦਿੱਤੀ। ਆ ਤਾਂ ਜਰਜੀਆ ਟੈਕਸ ਤੋਂ ਵੀ ਵੱਧ ਹੋ ਗਿਆ, ਉਹਨਾਂ 'ਤੇ GST ਲਗਾ ਦਿੱਤੀ। ਸਾਡਾ ਬਹੁਤ ਬੜਾ ਅਜੇ ਤਾਂ ਪ੍ਰੋਟੈਸਟ ਹੈਗਾ ਸਰਕਾਰ ਨੂੰ ਅਤੇ ਉਹ ਸਰਾਵਾਂ ਨੂੰ ਮੇਨਟੇਨੈਂਸ ਦੀ ਕੁਛ ਨਾ ਕੁਛ ਰੱਖ ਰਖਾਵ ਦੀ ਹਮਾਇਤ ਕਰਨੀ ਚਾਹੀਦੀ ਹੈ। ਉਹ ਸਰਾਵਾਂ ਲੋਕਾਂ ਨੂੰ ਸ਼ਰਨ ਦੇ ਰਹੀਆਂ ਨੇ, ਲੋਕਾਂ ਨੂੰ ਸੇਵਾ ਕਰ ਰਹੀਆਂ ਨੇ, ਤੁਸੀਂ ਉਹਨਾਂ 'ਤੇ ਹੀ 12% GST ਲਗਾ ਦਿੰਦੇ ਹੋ। ਔਰ ਆਹ ਕੇਂਦਰ ਸਰਕਾਰ ਦੀ ਇੱਥੇ ਹੀ ਆਦਮੀ ਮੁੱਕੀ ਆਟਾ, ਅੱਜ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਹੈਗਾ ਉਦੋਂ ਤੋਂ GST ਨਹੀਂ ਲੱਗੀ, ਕਿਸੇ ਸਰਕਾਰਾਂ ਰਹੀਆਂ ਕਿਸੇ ਨੇ ਨਹੀਂ ਲਗਾਈ। ਲੇਕਿਨ ਆ ਕੇਂਦਰ 'ਚ ਮੋਦੀ ਸਰਕਾਰ ਨੇ ਐਸਾ ਗਨੂਨਾ ਕੰਮ ਕੀਤਾ ਹੈਗਾ ਕਿ ਆਟੇ 'ਤੇ ਵੀ GST ਲਗਾ ਦਿੱਤੀ, ਦਹੀਂ ਦੇ ਉੱਤੇ GST ਲਗਾ ਦਿੱਤੀ, ਪਨੀਰ 'ਤੇ GST ਲਗਾ ਦਿੱਤੀ। ਆ ਲੋਕ ਆਵਾਮ ਬਰਦਾਸ਼ਤ ਨਹੀਂ ਕਰੇਗਾ। ਅਸੀਂ ਇਹਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ ਔਰ ਮੈਂ ਚੇਤਾਉਣਾ ਚਾਹ ਰਿਹਾ ਹੈਗਾ ਕਿ ਇਹਦਾ ਮੋਦੀ ਸਾਹਿਬ ਨੂੰ ਆਉਣ ਵਾਲੇ ਟਾਈਮ 'ਚ ਹਰਜ਼ਾਨਾ ਬਹੁਤ ਭੁਗਤਣਾ ਪਏਗਾ। ਗੁਜਰਾਤ ਦੇਖ ਲੈਣਾ ਕੀ ਹਾਲ ਹੋ ਜਾਏਗਾ, ਹਿਮਾਚਲ ਗੁਜਰਾਤ ਬਹੁਤ ਬੁਰਾ ਇਹਨਾਂ ਦਾ ਹਾਲ ਹੋਣ ਵਾਲਾ ਹੈਗਾ। ਮੈਂ ਫਿਰ ਅਪੀਲ ਕਰਾਂਗਾ, ਸਤਬੁੱਧੀ ਦੇਵੇ ਪਰਮਾਤਮਾ, ਭਗਵਾਨ ਰਾਮ ਇਹਨਾਂ 'ਤੇ ਕਿਰਪਾ ਕਰਨ, ਇਹਨਾਂ 'ਤੇ ਆ GST ਆਟਾ ਦਹੀਂ ਔਰ ਪਨੀਰ ਪਲੱਸ ਗੁਰੂ ਘਰ ਦੀਆਂ ਜਿਹੜੀਆਂ ਇਹਨਾਂ ਨੇ ਸਰਾਵਾਂ ਦੇ ਉੱਤੇ GST ਲਗਾ ਦਿੱਤਾ ਹੈਗਾ, ਉਹਨੂੰ ਫੌਰੀ ਤੌਰ 'ਤੇ ਜਲਦੀ ਤੋਂ ਜਲਦੀ ਵਾਪਸ ਲੈਣ। ਹੋਰ ਵੀ ਕਈ ਸਮਾਨ 'ਤੇ GST ਲਗਾਈ ਗਈ ਹੈ, ਸੁੱਕੇ ਸਮਾਨਾਂ ਦੇ ਸਾਰੇ ਕਰਿਆਨਾ ਦੇਖੋ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਇੰਨੀ ਮਹਿੰਗਾਈ ਹੈ, ਸਰਕਾਰ ਪਤਾ ਨਹੀਂ ਨਸ਼ੇ 'ਚ ਫਿਰ ਰਹੀ ਹੈ। ਇੱਕ ਗੱਲ ਦਾ ਧਿਆਨ ਕਰੋ, ਜਿਸ ਵੇਲੇ ਪ੍ਰਾਈਜ਼ ਵੱਧਦੀ ਹੈ ਉਹਦੇ 'ਤੇ GST ਵੀ ਵਧਾ ਦਿੰਦੇ ਆ। ਇੱਕ ਤਾਂ ਪਹਿਲਾਂ ਲੋਕ ਮਾਰ ਖੇਲ ਰਹੇ ਹੈ ਔਰ ਸਰਕਾਰ ਆਪਣੇ ਖਜ਼ਾਨੇ ਭਰ ਰਹੀ ਹੈਗੀ ਹੈ। ਤੁਸੀਂ ਇੱਕ ਪੈਰਾਮੀਟਰ ਸੈੱਟ ਕਰੋ ਨਾ ਕਿ ਇਸ ਲੈਵਲ ਦੇ ਉੱਪਰ GST ਨਹੀਂ ਲੱਗੇਗਾ। ਆਹ ਕੀ ਹੋਇਆ, ਪ੍ਰਾਈਜ਼ ਵੀ ਵੱਧਦੇ ਰਹੇ, ਤੁਸੀਂ GST ਵਧਾਉਂਦੇ ਰਹੋ। ਤੁਸੀਂ ਆਹ ਤਾਂ ਹਰ ਪਬਲਿਕ ਨੂੰ, ਸ਼ਹਿਰ ਵਾਲਾ ਹੋਵੇ, ਪਿੰਡ ਵਾਲਾ ਹੋਵੇ, ਹਰ ਭਾਰਤ ਵਾਸੀ ਨੂੰ ਆਹ ਤਾਂ ਦੋਰੀ ਮਾਰ ਚੱਲ ਰਿਹਾ ਹੈਗਾ। ਦੂਸਰੇ ਪਾਸੇ ਤੁਸੀਂ ਦੇਖੋ, ਜਦੋਂ ਮੋਦੀ ਸਰਕਾਰ ਸੱਤਾ 'ਚ ਆਈ ਸੀ ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਸੀ $1 ਹੋ ਗਿਆ ਸੀ, ਥੋੜ੍ਹੀ ਦੇਰ $10 $15 ਰਹਿ ਗਿਆ। ਕਿੱਥੇ ਗਿਆ ਉਹ ਪੈਸਾ, ਇੰਨੇ ਲੱਖ ਕਰੋੜ ਇਹਨਾਂ ਨੇ ਗਬਨ ਕੀਤੇ ਹੈਗੇ, ਜਿਹੜੇ ਦੂਸਰੇ ਕੋਪਰੇਟ ਜਿਹੜੇ ਘਰਾਣਿਆਂ ਨੂੰ ਲੁਟਾ ਦਿੱਤੇ ਹੈਗੇ। ਲੋਕਾਂ ਨੂੰ ਕਿੱਥੇ ਰਾਹਤ ਮਿਲ ਰਹੀ ਹੈਗੀ ਹੈ? ਅੱਜ ਵੀ ਜੋ 2014 'ਤੇ ਜਿਸ ਵੇਲੇ ਸਰਕਾਰ ਆਈ ਉਦੋਂ ਤੋਂ ਘੱਟ ਰੇਟ ਨੇ ਅੱਜ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਲੇਕਿਨ ਸਾਡੇ ਹੀ ਇੱਕ ਐਸਾ ਦੇਸ਼ ਹੈ ਜਿਹਦੇ 'ਚ ਪੂਰੇ ਵਰਲਡ 'ਤੇ ਸਭ ਤੋਂ ਜ਼ਿਆਦਾ GST ਲੱਗੀ ਹੋਈ। ਦੇਖੋ ਗੱਲ ਇਹ ਆ ਵੀ ਕੇਂਦਰ ਸਰਕਾਰ ਜਿਹੜੀ ਹੈ, ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਮੁਸਲਮਾਨਾਂ ਨੇ 300 ਸਾਲ ਰਾਜ ਕੀਤਾ, ਉਹ ਹਿੰਦੂਆਂ 'ਤੇ ਸਿੱਖਾਂ 'ਤੇ ਜਜ਼ੀਆ ਲਾਇਆ ਸੀ, ਇਹ ਵੀ ਜਿਹੜੀ ਸਰਕਾਰ ਆ ਮੋਦੀ ਸਰਕਾਰ ਉਸ ਤੋਂ ਘੱਟ ਨਹੀਂ ਕਰ ਰਹੀ। ਇਹਦਾ ਜਜ਼ੀਆ ਟੈਕਸ ਹੈ, ਟੈਕਸ ਮੀਨਸ ਜਜ਼ੀਆ ਹੁੰਦਾ, ਜਜ਼ੀਆ ਉਰਦੂ ਦਾ ਲਫ਼ਜ਼ ਹੈ। ਇਹਦਾ ਟੈਕਸ ਹੈ, ਇਹ ਸਰਕਾਰ ਨੂੰ ਲਾਉਣਾ ਨਹੀਂ ਚਾਹੀਦਾ, ਕਿਉਂਕਿ ਲੋਕ ਧਾਰਮਿਕ ਸਥਾਨਾਂ 'ਚ ਜਾ ਕੇ ਪਰਮਾਤਮਾ ਦੇ ਵਿੱਚ ਲੀਨ ਹੁੰਦੇ ਆ। ਪਰ ਇਹਨਾਂ ਨੇ ਕਿਹਾ ਵੀ ਲੋਕ ਜਿਹੜੇ ਆ ਉੱਥੇ ਘੱਟ ਜਾਣ। ਸਰਕਾਰ ਕੇਂਦਰ ਸਰਕਾਰ ਅੱਗੇ ਇੰਨੇ ਪੈਸੇ ਇਕੱਠੇ ਕੀਤੇ ਆ, ਕਿਉਂਕਿ ਉਹ ਉਹਨਾਂ ਦਾ ਮੇਨ ਮਕਸਦ ਹੈ ਰੁਪਈਏ ਇਕੱਠੇ ਕਰਨਾ। ਪੈਸੇ ਕਿੱਦਾਂ ਇਕੱਠੇ ਕੀਤੇ ਆ ਤੁਸੀਂ ਦੇਖੋ, ਮਹਾਰਾਸ਼ਟਰ ਦੇ ਵਿੱਚ ਪੈਸੇ ਦੇ ਕੇ ਸਰਕਾਰ ਜਿਹੜੀ ਬਦਲ ਦਿੱਤੀ ਹੈ।
ये सारे देश अंबानी अडानी तगड़े कर रहे हैं, सारे पैसे वो माध्यम कट्ठे कर रहे हैं। ये देश के देश को बेचने की कोशिश की जा रही पूरी। मोदी और अडानी जो मोदी है, अडानी और अंबानी का जोड़ा वो चापलूस बन के रह गया। तो आप चाहते हाँ भी सरकार जी ये जजिया लाया इन बिल्कुल खत्म करे, क्योंकि लाना नहीं चाहिए। साड़ी पार्टी पंजाब जिहड़ा वो प्रदर्शन कर रही है, शहर के हर जिले जिहड़ा प्रदर्शन है वो हो रहा। जे सरकार ने यह जजिया वापस ना लिया तो पंजाब सरकार जिहड़ी है वो सारे देश दे विच ये लैके चलेगी, क्योंकि तुहानू पता है भी एक टैक्स सिर्फ पंजाब दी अपना जो सरावां तो नहीं, सारे हिंदुस्तान से कर रहे हैं, चाहे मुसलमान ने, चाहे ईसाइयों दी सरावां ने, चाहे सिखा दी सरावां ने, ये सारे टैक्स ला रहे आ रहा जो बहुत निंदन योग है।